ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਤੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਇਹ ਵੀ ਠੀਕ ਆ ਮੈਂ ਵੀ ਠੀਕ ਆ ਤੇ ਬੜੇ ਮੈਸੇਜ ਆਉਂਦੇ ਸੀਗੇ ਕਿ ਤੁਸੀਂ ਕੋਈ ਚੈਲੰਜ ਵੀਡੀਓ ਬਣਾਓ ਚੈਲੰਜ ਵਲੌਗ ਬਣਾਓ ਤੇ ਅੱਜ ਇੱਕ ਚੈਲੰਜ ਕਰਨ ਲੱਗਿਆ ਸੀ ਚੈਲੰਜ ਕੀ ਕਰਨਾ ਕਿ ਆਪਾਂ ਪਾਣੀ ਆ ਜਾਂਦਾ ਪਾਣੀ ਪਾਣੀ ਮੂੰਹ ਚ ਰੱਖਣਾ ਆ ਠੀਕ ਆ ਤੇ ਹੱਸਣਾ ਨੀ ਹੈਗਾ ਜਿਹੜਾ ਹੱਸਿਆ ਉਹ ਹਾਰ ਗਿਆ ਕਿੰਨੀ ਵਾਰੀ ਮੈਂ ਆਪਾਂ 10 ਵਾਰ ਕਰਨਾ 10 ਵਾਰ ਲਾਵਾਂਗੇ 5 ਕਰਵਾਵਾਂਗੇ ਨਹੀਂ ਨਹੀਂ 10 ਵਾਰ ਕਰਨਾ दस बार तो कोई ना जेड़ा दस बार तो पांच बारी पांच तो छे बारी कर गया वो जीत गया जेड़ा जेड़ा का जेड़ा चार बारी चा वो हार गया तेरे मार मैं इधर बैठना यार इधर बैठ जाओ चल ठीक है ते चैलेंज करा मैं यार जाके क्यों बैठो परे बैठो जाके तो तू तो उधर ही हो ना चलो ते चैलेंज कर लगा शुरू पहला पानी तू पी अच्छा पहले एक पी दोनों साथ में पीना नहीं आएगा मुंह च रखना पानी मुंह बंद रखना दम दोनों साथ में रखेंगे कि पहले एक नहीं 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 दोनों ने साथ रखना जेड़ा पहला मैं इससे पी लूंगी आप पी लो उधर से चल ठीक है हंसी का तो नहीं है पहले ही यार ऐसे चीजों में ना अगर हंसना मिली मैं पता क्या सोचती पानी उधर बिजली तो बोर्ड वाला मार दी और करंट दी पे इधर चल 1 2 हंसना नहीं चल 1 अब मेरे को ना बेफालतू की हंसी आ रही है मजाक 1 2 3 ले तेनू भी हो गया तू पानी का हाथ मर गया चल आ जा जल्दी आ ਤੇ ਚੱਲ ਇੱਕ ਵਾਰ ਮੇਰਾ ਹਾਰ ਗਿਆ ਕਿਉਂਕਿ ਪਹਿਲਾਂ ਪਾਣੀ ਮੇਰਾ ਨਿਕਲ ਗਿਆ ਸੀਗਾ ਦੂਜੀ ਵਾਰ ਸ਼ੀਨੂ ਦਾ ਨਿਕਲਿਆ ਚਲਾ ਚਲਾ ਜਲਦੀ ਉਹਦਾ ਹਾਲ ਚੈੱਕ ਕਰੋ ਇੱਕ ਵਾਰ ਚਲਾ ਜਾ ਚਲ ਕੋਈ ਨਾ ਇੰਨਾ 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 ਕਿ ਤਾਂ ਹੁੰਦਾ ਰਹਿੰਦਾ ਠੀਕ ਆ ਨਾਲੇ ਹਸਣਾ ਨਹੀਂ ਹੈਗਾ ਹੋਇਆ ਮੂੰਹ ਐਦਾਂ ਤੂੰ ਤਾਂ ਨੀਵਾ ਪਾ ਕੇ ਬਹਿ ਜਾਂਦੀ ਆ ਮੂੰਹ ਨੀਵਾ ਨਹੀਂ ਪਾਣਾਗਾ यार इना टाइम नहीं दस बार करना एक बार होया एक बार मैं हार गया करो नहीं नहीं चल 1 2 1 2 3 एक बार मैं हार गया एक बार सिनू जीती यार चल 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 तेन क्या मेरे हाल देखना है प्राइज़
ਚੱਲ ਪਹਿਲਾਂ ਫਿਰ ਆਪਾਂ ਦੇਖਦੇ ਹਾਂ ਕਿਉਂ 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 ਮੇਰੇ ਕੋ ਪਤਾ ਹੈ ਫਿਰ ਆਪਾਂ ਤੂੰ ਦੱਸ ਲੈ ਨਹੀਂ ਆਪ ਆਪ ਬਤਾਓ ਤੂੰ ਦੱਸ ਚੱਲ ਜਿਹੜਾ ਜਿਹੜਾ ਹਾਰਿਆ ਉਹ ਸਾਰੀ ਸਫਾਈ ਕਰੂਗਾ ਜਿਹੜਾ ਠੀਕ ਹੈ ਜੋ ਜੋ ਕਰੂ ਜੋ ਜੀਤ ਗਿਆ ਉਸ ਕੋ ਕਰਨੀ ਪੜੇਗੀ ਆਪਨੇ ਵਾਲੀ ਨਹੀਂ ਨਹੀਂ ਉਹ ਚੱਲ ਨਹੀਂ ਨਹੀਂ ਇਹ ਚੀਜ਼ ਨਹੀਂ ਇਹ ਸਫਾਈ ਵਾਲੀ ਨੂੰ ਛੱਡ ਦੋ ਚੱਲ ਤੂੰ ਵੀ ਮੂੰਹ ਮਾਰੀ ਬਾ ਚੱਲ ਯਾਰ ਸ਼ਿੰਨੂ ਲੇਟ ਹੋ ਰਿਹਾ ਦੋ ਦੋ ਤਾਂ ਹੋ ਗਿਆ ਚੱਲ ਕਿ ਦੋ ਦਾ ਹੋ ਗਿਆ ਚੱਲ ਯਾਰ 1 2 3 ਇੱਕ ਵਾਰ ਆ ਗਈ ਠੀਕ ਆ ਤਿੰਨ ਵਾਰਾਂ ਚ ਦੋ ਵਾਰ ਮੈਂ ਹਾਰਿਆ ਇੱਕ ਵਾਰ ਤੂੰ ਹਾਰ ਗਈ ਠੀਕ ਆ ਮੇਰੇ ਗਲੇ ਵਿੱਚ ਫਸ ਜਾ ਰਿਹਾ ਪਾਣੀ ਤੂੰ ਗਲੇ ਚ ਲੈ ਕੇ ਕਿਉਂ ਆ ਰਹੀ ਆ ਪਾਣੀ ਚੱਲ ਤਾਂ ਮੈਂ ਇਹ ਗੱਲ ਪੱਥਰ ਗੜਾ ਦੂੰ ਤਿੰਨ ਤਿੰਨ ਵਾਰ ਚੋਂ ਇੱਕ ਵਾਰ ਐਸ ਐਸ ਨਾ ਕਰੋ ਨਾ ਉਹ ਮੈਂ ਤਾਂ ਹਸਾਣਾ ਤੇ ਤੂੰ ਮੈਨੂੰ ਹਸਾਲਾ ਚੱਲ ਆਪਨੇ ਆਪ ਕੰਮ ਨਹੀਂ ਕਰ ਸਕਦੇ ਚੱਲ ਜੀ 1 2 3 ਤਿੰਨ ਵਾਰ ਹਾਰ ਗਿਆ ਮੈਂ ਚੱਲ ਠੀਕ ਆ ਦੋ ਵਾਰ ਬੱਚੇ ਦੇਖ ਲਓ ਕਿਉਂ 10 ਵਾਰ ਆ ਆਪ ਨੂੰ ਤਾਂ ਪਹੁੰਚ ਕੋ ਰੋ 10 ਵਾਰ ਆ ਆਪ ਨੂੰ ਯਾਰ ਪਹਿਲੇ ਦੇਖ ਲਓ ਜਾਏ ਆਪਨੇ ਬੋਲਦਾ ਅੰਜੂ ਨਾ ਮਤਲਬ ਜੇ ਅਗਰ 5 ਵਾਰ ਹੰਸ ਗਿਆ ਮੈਂ ਕਿਹਾ ਸੀ ਜੋ ਮਤਲਬ ਕਿ ਜੇ ਜਿਹੜਾ 10 ਵਾਰ ਵਿੱਚੋਂ 6 ਵਾਰ ਨਹੀਂ ਹੱਸਿਆ ਉਹ ਜਿੱਤਿਆ ਤੂੰ ਇੱਕ ਵਾਰ ਨਹੀਂ ਹੱਸੀ ਹਲੇ ਇੱਕ ਵਾਰ ਤੂੰ ਹਾਰ ਗਈ ਆ ਆਪਨੇ ਵਾਰ ਆ ਗਈ ਚਾਰ ਗੇਮਾਂ ਲੱਗੀਆਂ ਚਾਰ ਚੋਂ ਤਿੰਨ ਮੈਂ ਹਾਰ ਗਿਆ ਇੱਕ ਤੂੰ ਜਿੱਤੀ ਆ ਆਹੋ ਤਿੰਨ ਮੈਂ ਹਾਰਿਆ ਚਾਰ ਗੇਮਾਂ ਚੋਂ ਤਿੰਨ ਵਾਰ ਤੂੰ ਨਹੀਂ ਹੱਸੀ ਤਿੰਨ ਵਾਰ ਮੈਂ ਹੱਸਿਆ ਚੌਥੀ ਗੇਮ ਤੂੰ ਜਿੱਤੀ ਆ ਤੂੰ ਗਧੇ ਹਾਂ ਇਹ ਗੇਮ ਹਾਰੀ ਮੈਂ 3 ਜਿੱਤੀ ਹੂੰ ਤੇ ਉਹੀ ਕਹਿ ਰਿਹਾ ਮੈਂ ਤਿੰਨ ਹਾਰਿਆ ਤੂੰ ਇੱਕ ਜਿੱਤੀ ਆ ਮਤਲਬ ਤੂੰ 3 ਜਿੱਤੀ ਆ ਮੈਂ 1 ਹਾਰਿਆ ਨਹੀਂ ਯਾਰ ਹਾਂ ਮੈਂ 3 ਜਿੱਤ ਕਿਉਂ ਪਰ 1 ਹਾਰੀ ਪਾਣੀ ਤੂੰ ਇੰਨਾ ਕੁ ਪੀਨੀ ਆ ਪਾਣੀ ਪਾ ਲੈ ਇਹਦੇ ਚ ਇਸ ਕੇ ਬਾਹਰ ਲਾ ਪਾਣੀ ਤੂੰ ਥੋੜਾ ਜਿਹਾ ਪੀਨੀ ਆ ਪਾਣੀ ਪੂਰਾ ਭਰ ਕੇ ਪੀਣਾ ਆ ਪੂਰਾ ਮੂੰਹ ਪਾਣੀ ਨਾਲ ਆਇਆ ਹੋਵੇ ਠੀਕ ਆ ਚੱਲ 1 2 ਚੱਲ 1 2 ਯਾਰ ਪਾਣੀ ਸੀ ਚਾਰ ਗੇਮਾਂ ਤੋਂ 3 ਵਾਰ ਤੂੰ ਜਿੱਤ ਗਿਆ 1 ਵਾਰ ਮੈਂ ਜਿੱਤਿਆ ਠੀਕ ਆ ਚਲੋ 1 ਹੈ ਪਾਣੀ ਸੇ ਪੇਟ ਭਰ ਜਾਏਗਾ ਕੋਈ ਗੱਲ ਨਹੀਂ 1 2 ਚੱਲ ਇੱਕ ਬਸ ਬਸ ਇੱਕ ਇੱਕ ਗਲਾਸ ਗੇਮ ਮੈਂ ਕਹਤੀ ਅਗਰ ਜੋ ਜਿੱਤੇਗਾ ਨਾ ਮਤਲਬ ਜੋ ਖਾਰੇਗਾ ਉਹ ਸਕਿੱਲ ਦੂਧ ਗਰਮ ਕਰਕੇ ਲੈ ਆਏਗਾ ਚਲ ਠੀਕ ਹੈ ਠੀਕ ਹੈ ਚਲ 1 2 3 ਮੈਂ 2 ਵਾਰ ਜਿੱਤਿਆ ਤੂੰ 3 ਵਾਰ ਜਿੱਤਿਆ ਠੀਕ ਹੈ ਉਲਟੀ ਹੋ ਜਾਏਗੀ ਮੇਰੇ ਸੇ ਕੋਈ ਗੱਲ ਨਹੀਂ ਉਲਟੀ ਹੋਣ ਦੋ ਕਿਉਂ ਨਹੀਂ ਗਾਇਸ ਚਲੋ ਮੇਰਾ ਵੀ ਢਿੱਡ ਭਰ ਗਿਆ ਚਲ 1 ਕਟੰ ਦਸ ਖਾਣੇ ਖੋਣੇ ਵਾਲਾ ਚੈਲੰਜ ਦੇ ਇੱਕ ਅਗਲੀ ਵਾਰ ਫੇਰ ਤੁਸੀਂ ਮੈਨੂੰ ਕਮੈਂਟ ਕਰਕੇ ਸਾਰੇ ਥੱਲੇ ਦੱਸੋ ਕਿਹੜਾ ਚੈਲੰਜ ਕਰੀਏ ਪਹਿਲਾਂ ਇੱਕ ਵਾਰ ਆਹ ਕਰ ਲਿਆ ਆਪਾਂ ਚਲੋ 1 ਲੋਕਾਂ ਨੇ ਕੋਈ ਚੈਲੰਜ ਕਰੇ ਨਹੀਂ ਬੋਲਾ ਥਾ ਲੋਕ ਬੋਲਦੇ ਥਾ ਕੋ ਕਿ ਪ੍ਰੈਂਕ ਕਰੋ ਸ਼ੁਰੂ ਇਹ ਪ੍ਰੈਂਕ ਤੋਂ ਹੀ ਵਧੀਆ ਹੋਊਗਾ ਦੱਸੋ ਕਮੈਂਟ ਕਰਕੇ ਚਲ 1 2 ਯਾਰ ਜਲਦੀ ਕਰ ਇੰਨਾ ਟਾਈਮ ਨਹੀਂ ਹੈਗਾ ਆ ਮੈਂ ਬੁੜੇ ਬਰਾਤੀ ਜਾਣਾ ਚੱਲ ਜਲਦੀ ਕਰ ਚੱਲ
तीन तीन गेम बराबर हो गया, छे गेम लग गया, मैं तो मैं भूल गया की सी हिसाब किताब जिहा। तीन गेम तू जितिया, छे गेम तो तीन मैं जितया, ठीक है, चार गेम रही। हांजी गाइस, सारे चैलेंज दी मां दी बिगड़ गई है, क्योंकि सारा चैलेंज मुक गया, बिगड़ गया है क्योंकि सानू लगे वीडियो क्लिक ऑन होया आया ते असी वीडियो बनाउंदे रहे इधरों ते उदा ओ ओदे विच मैं जित गया सीगा क्योंकि विचों मैसेज आ गया वीडियो बंद हो गई ते मैं जित गया सी। एक बार जीते नहीं थे वो, मैंने थप्पड़ मार दिया था। हां, इन्हें मेरा थप्पड़ मारदा ही पानी कढ़ता ही सारा। ते हुण एक गेम लाउणी है लास्ट, ते लास्ट दे विचों जिहड़ा जित गया ओ की चैलेंज सी, जिहड़ा जितया ओ रेस्ट करूगा, जिहड़ा हारिया ओ दुध बना के लेके आऊगा, पानी बड़ा अंदर औखा लग गया। आहा, हुण तू हार गई। देखो पांच छे गेमां लाईआं, 50 छड़ा देखो ए हार गई, ते हुण तुसी जाओ दुध गरम करके लेके आओ, ठीक है, लेके आओ। मैं तां नहीं पीना, दी अपने लिए मैं भी नहीं पीना, लाणी तां नहीं गेम होर। ते ए हार गई है जी, ते इहदे बाद तुसी सारे कमेंट दे विच जाके मैं हारी इसलिए क्योंकि आपने जो एसएस कर रहा था ना, अगला चैलेंज केड़ा करिए, अगला चैलेंज दस्यो केड़ा करिए, ऐसा बताना जिस पे मैं जीतू ना, ए हो नहीं सकता क्योंकि मैं जीतूंगा, ये नहीं जीत सकती। अगला चैलेंज ना पता किस पर करेंगे, पर तीखा तो हम दोनों से नहीं खा जाता ना, कुछ और चीज पर ट्राई करेंगे। अगला चैलेंज सोच के दसांगे या तुसी खाने वाली चीज अगर करेंगे, चुप, सुनो, खाने वाली चीज करेंगे, सारे तुसी कमेंट दे विच दसना, एदी नहीं सुननी किसे ने, एने ओ चैलेंज दसना जिचे जीत सकदी है, ठीक है ना, यार ये तो फिर दूसरे सामने वाले बंदे के ऊपर डिपेंड करता है। सारा शीनू ने, क्योंकि शीनू हार गई, शीनू ने सारा सेट करना है, ऐदा अखां दे किदां कढ़ियां डेले डेले कितना कटे देख तू जमा ओह लगती भी मंजूलिका। सो गाइस चंगा, फिर अगले चैलेंज नाल फिर मिलते हैं, ते कमेंट दे विच सारे शिनू के चैनल को सब्सक्राइब, हां शिनू के चैनल नु भी, शिवानी चौहान ब्लॉग नु सब्सक्राइब कर लियो। सो मैं जीत गया, ते शेयर चैनल लगाओ, शेयर करियो हारी दुआ, तू पोचा लाना मैं नहीं लाना, और भी सुख ने डालो बाहर, ते मेरे चैनल नु शेयर करियो, सब्सक्राइब करियो, चैनल नु लाइक करियो, कमेंट करियो, बाय।